ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਾਂਕਣ ਪੱਤਰ ਦਾਖਲ ਕਰਨ ਦੇ ਲਈ ਵਰਕਰਾਂ ਦਾ ਕਾਫਲਾ ਹੋਇਆ ਰਵਾਨਾ। ਜਲਾਲਾਬਾਦ ਤੋਂ ਅੱਜ ਸ਼ੇਰ ਸਿੰਘ ਘੁਬਾਇਆ ਦਾ ਕਾਫਲਾ ਫਿਰੋਜ਼ਪੁਰ ਦੇ ਲਈ ਰਵਾਨਾ ਹੋਇਆ। ਸ਼ੇਰ ਸਿੰਘ ਘੁਬਾਇਆ ਵੱਲੋਂ ਅੱਜ ਆਪਣਾ ਨਾਮਾਂਕਣ ਪੱਤਰ ਦਾਖਲ ਕੀਤਾ ਜਾਣਾ। ਇਹ ਕਾਫਲਾ ਅੱਜ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਦੀ ਅਗਵਾਈ ਦੇ ਵਿੱਚ ਰਵਾਨਾ ਹੋਇਆ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਵਰਕਰ ਸ਼ਾਮਿਲ ਹੋਏ ਹਨ। ਰਵਾਨਾ ਹੋਣ ਤੋਂ ਪਹਿਲਾਂ ਸ਼ੇਰ ਸਿੰਘ ਘੁਬਾਇਆ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਅੱਜ ਤੋਂ ਹੀ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਏਗਾ ਅਤੇ ਵਰਕਰਾਂ ਦੀ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਨਾਮਾਂਕਣ ਪੱਤਰ ਦਾਖਲ ਕੀਤਾ ਜਾ ਰਿਹਾ ਅਤੇ ਚੋਣ ਪ੍ਰਚਾਰ ਵੀ ਉਹਨਾਂ ਵੱਲੋਂ ਤੇਜ਼ ਕਰ ਦਿੱਤਾ ਗਿਆ। ਵਧੀਆ ਪਾਰਕ ਭਾਈ ਮਹਾਰਾਜ ਦੀ ਕਿ ਪਾਰਟੀ ਨੇ ਟਿਕਟ ਦੇ ਕੇ ਸੇਵਾ ਵਾਸਤੇ ਭੇਜਿਆ ਅਤੇ ਅੱਜ ਸਾਰੇ ਜਿਹੜੇ ਵਰਕਰ ਸਪੋਰਟਰ ਹੈ ਉਹ ਸਾਰੇ ਜਿਹੜੇ ਨਾਲ ਚੜ੍ਹ ਕੇ ਅਤੇ ਜਾ ਕੇ ਅੱਜ ਕਾਫੀ ਫਰਕ ਆਉਣਾ ਅਤੇ ਉਸ ਤੋਂ ਬਾਅਦ ਕੰਪੇਨ ਦਾ ਜੋ ਕੰਮ ਹੈ ਉਹ ਸ਼ੁਰੂ ਕਰਨਾ। ਲੋਕਾਂ ਦਾ ਕਿਸ ਤਰ੍ਹਾਂ ਸਾਥ ਪਾਉਣ ਤਾਂ ਤੁਸੀਂ ਦੇਖ ਰਹੇ ਹੋ ਕਿੰਨਾ ਯੂਮ ਅੱਜ ਉੱਥੇ ਵੀ ਇਹ ਇਕੱਠ ਹੈ ਜਿੱਥੋਂ ਅਲੱਗ ਅਲੱਗ ਹਲਕਿਆਂ ਤੋਂ ਲੋਕ ਆਉਣਗੇ ਉੱਥੇ ਸਾਰਿਆਂ ਨਾਲ ਰੂਬਰੂ ਹੋ ਕੇ ਅੱਜ ਹੀ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ ਕੰਪੇਨਿੰਗ ਦਾ ਕੰਮ ਸ਼ੁਰੂ। ਠੀਕ ਹੈ।